सब तो मुश्किल हुंदा दुनिया ते ना बनाउणा और उस तो भी ज़्यादा मुश्किल हुंदा है उस ना नूं बरकरार रखना, खास करके उदों जदों परिवार दे विच कोई सुपरस्टार होवे, हीरो होवे, उन्हां दे बच्चियां ते ये जिम्मेवारी आ जाती है कि उस ना नूं लगातार उस मुकाम तक रखना। सो इस विच कई बच्चे असफल भी हो जाते हैं और कई सफल भी रहिंदे ने। साडे नाल अज जिहड़ी शख्सियत मौजूद है उन्होंने अपने पिता के नाँ चार चंद ही नहीं लाए बल्कि पंजाब और पंजाबीयत का नाँ पूरी दुनिया उच्चा किया है। मेरी मुराद है बिंदु दारा सिंह। ਸਤਿ ਸ਼੍ਰੀ ਅਕਾਲ ਭਾਈ ਸਾਹਿਬ ਆਰ 90 ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਿੰਦੂ ਜੀ। ਆਲਵੇਜ਼ ਅ ਪਲੇਜ਼ਰ, ਆਲਵੇਜ਼ ਅ ਪਲੇਜ਼ਰ। ਤੁਸੀਂ ਬੰਬੇ ਤੋਂ ਚੱਲ ਕੇ ਸਪੈਸ਼ਲ ਪੰਜਾਬ ਆਏ ਹੋ, ਪੰਜਾਬੀ ਫਿਲਮਾਂ ਦਾ ਦੌਰ ਸ਼ੁਰੂ ਕੀਤਾ ਹੈ, ਕਿਵੇਂ ਮਹਿਸੂਸ ਕਰ ਰਹੇ ਹੋ? ਬਹੁਤ ਵਧੀਆ, ਮੈਂ ਤਿੰਨ ਪੰਜਾਬੀ ਫਿਲਮਾਂ ਕਰ ਰਿਹਾ ਜੀ ਤੇ ਮੈਨੂੰ ਲੱਗਦਾ ਤਿੰਨ ਦੀ ਤਿੰਨ ਬਹੁਤ ਸੋਹਣੀਆਂ ਫਿਲਮਾਂ ਨੇ। ਪੰਜਾਬੀ ਫਿਲਮਾਂ ਹੁਣ ਬਾਲੀਵੁੱਡ ਨਾਲ ਟੱਕਰ ਮਾਰਦੀਆਂ ਨੇ, ਕਿਹਦੇ ਨਾਲ ਵੀ ਲਾਰਦੀਆਂ। ਮੈਨੂੰ ਲੱਗਦਾ ਕਿ ਬਾਲੀਵੁੱਡ ਵਾਲੇ ਵੀ ਦੇਖਦੇ ਕੋਈ ਵੱਡੀ ਪੰਜਾਬੀ ਪਿਕਚਰ ਤਾਂ ਨਹੀਂ ਲੱਗ ਰਹੀ, ਫਿਰ ਆਪਣੀ ਪਿਕਚਰ ਲਾਉਂਦੇ ਆ। ਕੋਰੋਨਾ ਦੌਰ ਚੱਲਿਆ, ਮਹਾਮਾਰੀ ਚੱਲੀ, ਕਾਫੀ ਪ੍ਰਭਾਵ ਪਿਆ ਸਿੰਗਰਾਂ ਤੇ, ਐਕਟਰਾਂ ਤੇ, ਫਿਲਮਾਂ ਬੰਦ ਹੋ ਗਈਆਂ। ਹੁਣ ਦੁਬਾਰਾ ਤੋਂ ਫਿਰ ਇਹ ਸ਼ੁਰੂ ਹੋਇਆ ਸਿਸਟਮ, ਇੱਕ ਵਾਰੀ ਫਿਰ ਮਨੋਰੰਜਨ ਦਾ ਸਿਸਟਮ ਸ਼ੁਰੂ ਹੋਇਆ, ਇਸ ਦੌਰ ਨੂੰ ਕਿਵੇਂ ਦੇਖਦੇ ਹੋ ਜੀ? ਮੈਨੂੰ ਲੱਗਦਾ ਕਿ ਕੋਰੋਨਾ ਦਾ ਦੌਰ ਬਹੁਤ ਸੈਡ ਦੌਰ ਸੀ, 2 ਸਾਲ ਲਾਈਫ ਦੇ ਲੋਕਾਂ ਦੇ ਬਹੁਤ ਤਕਲੀਫ ਨਾਲ ਗੁਜ਼ਰੇ ਨੇ, ਲੇਕਿਨ ਉਹ ਹੁਣ ਬੀਤ ਗਏ ਨੇ। ਲਾਈਫ ਇਜ਼ ਆਲ ਅਬਾਊਟ ਅਪ ਐਂਡ ਡਾਊਨ, ਅਤੇ ਕਦੋਂ ਟਾਈਮ ਚੰਗਾ ਹੁੰਦਾ, ਕਦੋਂ ਬੁਰਾ ਹੁੰਦਾ, ਅਤੇ ਕੋਰੋਨਾ ਵਾਲਾ ਟਾਈਮ ਬਹੁਤ ਮਾੜਾ ਸੀ, ਫਿਲਮ ਇੰਡਸਟਰੀ ਲਈ ਤਾਂ ਬਹੁਤ ਹੀ ਮਾੜਾ ਸੀ। ਅਤੇ ਉਹਦੇ ਬਾਅਦ ਇਹ ਨਵਾਂ ਸਿਸਟਮ ਸਟਾਰਟ ਹੋਇਆ OTT ਦਾ, ਇਹ ਵੀ ਬਹੁਤ ਸਕੈਰੀ ਹੈ। ਜੇ ਇਹ ਚੱਲਦਾ ਰਿਹਾ ਤਾਂ ਮੈਨੂੰ ਲੱਗਦਾ ਥੀਏਟਰ ਹੀ ਨਾ ਗਾਇਬ ਹੋਣ ਲੱਗ ਪੈਣ, ਅਤੇ ਵੀ ਹੈਵ ਟੂ ਸੀ ਟੂ ਇਟ ਕਿ ਥੀਏਟਰਸ ਨੂੰ ਸੇਵ ਕੀਤਾ ਜਾਏ, ਪਬਲਿਕ ਥੀਏਟਰ 'ਤੇ ਜਾਏ, ਵਰਨਾ ਉਹ ਵੀ ਬੰਦ ਹੋ ਜਾਣਗੇ। ਪਿੱਛੇ ਹੈ ਮੇਰੀ ਅਵਤਾਰ ਗਿੱਲ ਭਾਅ ਜੀ, ਉਹਨਾਂ ਨਾਲ ਮੇਰੀ ਮੁਲਾਕਾਤ ਹੋਈ ਹੈ, ਉਹ ਚੰਗੇ ਦੋਸਤ ਨੇ ਮੇਰੇ, ਉਹ ਵੀ ਮੈਂ ਉਹਨਾਂ ਨੂੰ ਸਵਾਲ ਕੀਤਾ ਸੀ ਕਿ ਹੁਣ ਦੀਆਂ ਜਿਹੜੀਆਂ ਪੰਜਾਬੀ ਫਿਲਮਾਂ ਆ ਰਹੀਆਂ ਨੇ ਉਹਨਾਂ 'ਚ ਜਿਹੜੇ ਹੀਰੋ ਨੇ ਉਹ ਸਿੰਗਰ ਬੇਸਡ ਜ਼ਿਆਦਾ ਨੇ, ਅਤੇ ਇਹਦਾ ਤੁਸੀਂ ਕੀ ਕਾਰਨ ਮੰਨਦੇ ਹੋ? ਸਿੰਗਰ ਕਿਉਂ, ਮਤਲਬ ਜਿਹੜੇ ਰਵਾਇਤੀ ਤੁਸੀਂ ਜਿਵੇਂ ਇੱਕ ਅਦਾਕਾਰੀ ਦੇ ਤੁਸੀਂ ਮੰਝੇ ਹੋਏ ਹੋ, ਥੀਏਟਰ ਵੀ ਤੁਸੀਂ ਕੀਤਾ ਹੈ, ਐਜ਼ ਏ ਹੀਰੋ ਆ ਰਹੇ ਨੇ? ਇਹ ਗੱਲ ਇਹ ਹੈ ਕਿ ਸਿੰਗਰ ਜਿਹੜਾ ਹੈ ਉਹਨੂੰ ਫੇਮਸ ਹੋਣਾ ਬਹੁਤ ਜ਼ਰੂਰੀ ਹੈ, ਉਹ ਬੜੀ ਮਿਹਨਤ ਨਾਲ ਫੇਮਸ ਹੁੰਦਾ ਹੈ, ਫਿਰ ਉਹਦੇ ਬਾਅਦ ਉਹ ਜਦੋਂ ਫਿਲਮਾਂ 'ਚ ਆਉਂਦਾ ਹੈ ਤਾਂ ਉਹਦੇ 2 ਕੰਮ ਹੋ ਜਾਂਦੇ ਆ, ਇੱਕ 'ਚ ਹੋਰ ਫੇਮਸ ਹੋ ਜਾਂਦਾ ਅਤੇ ਉਹਦੇ ਗਾਣੇ ਦਾ ਵੀ ਹੋਰ ਅੱਗੇ ਵੱਧਦੀ ਹੈ ਚੀਜ਼। ਉਸੇ ਲਈ ਸਿੰਗਰ ਚਾਹੁੰਦੇ ਆ ਕਿ ਸਾਡੀ ਫਿਲਮਾਂ ਬਣ, ਅਤੇ ਸਿੰਗਰ ਦੀ ਆਲਰੇਡੀ ਇੱਕ ਆਡੀਅੰਸ ਹੁੰਦੀ ਹੈ, ਫੈਨ ਫੋਲੋਇੰਗ ਹੁੰਦੀ ਹੈ, ਉਹਨਾਂ ਨੂੰ ਮਜ਼ਾ ਆਉਂਦਾ ਆਪਣੇ ਸਿੰਗਰ ਨੂੰ ਦੇਖ ਕੇ ਸਕਰੀਨ 'ਤੇ। ਕਈ ਸਿੰਗਰਾਂ ਨੇ ਬਹੁਤ ਵਧੀਆ ਫਿਲਮਾਂ ਬਣਾਈਆਂ, ਕਈਆਂ ਨੇ ਬਹੁਤ ਮਾੜੀਆਂ ਫਿਲਮਾਂ ਬਣਾਈਆਂ, ਪਰ ਫਿਰ ਵੀ ਚੱਲ ਜਾਂਦੇ ਸੀਗੀਆਂ, ਅਤੇ ਉਹ ਲੋਕ ਸਿੰਗਰਾਂ ਨੂੰ ਫਿਰ ਲੈਂਦੇ ਗਏ, ਅਤੇ ਸਿੰਗਰ ਵੀ ਹੈਂਡਸਮ ਨੇ ਬਹੁਤ ਸਾਰੇ, ਉਹ ਬਣਦੇ ਰਹੇ ਹੀਰੋ, ਦੂਜੇ ਵੀ ਆਉਣਗੇ, ਸਿੰਗਰ ਵੀ ਆਉਣਗੇ, ਜਿਹਦਾ ਟੈਲੈਂਟ ਹੈ ਉਹਨੂੰ ਕੋਈ ਰੋਕ ਨਹੀਂ ਸਕਦਾ। ਦੌਰ ਚੱਲਿਆ ਜੀ, ਬਿਲਕੁਲ ਹੀ ਕਮੇਡੀ ਫਿਲਮਾਂ ਸ਼ੁਰੂ ਹੋ ਗਈਆਂ, ਜਿਹੜੀ ਕੋਈ ਪਰਿਵਾਰਕ ਫਿਲਮ ਸੀ ਜਾਂ ਕੋਈ ਆਪਾਂ ਕਹਿ ਦਈਏ ਵੀ ਜਿਹੜਾ ਕੋਈ ਮਜ਼ਬੂਤ ਬਹੁਤ ਮਜ਼ਬੂਤ ਹੈ, ਉਹ ਕੰਮ ਬੰਦ ਹੋ ਗਿਆ। ਹੁਣ ਤਾਂ ਬਹੁਤ ਵਧੀਆ ਦੌਰ ਹੈ, ਹਰ ਟਾਈਪ ਦੀ ਫਿਲਮਾਂ ਬਣ ਰਹੀਆਂ, ਪੰਜਾਬੀ ਫਿਲਮਾਂ, ਕੋਈ ਹਾਕੀ 'ਤੇ ਬਣਦੀ ਹੈ, ਕੋਈ ਕੋਈ ਚੀਜ਼ 'ਤੇ ਬਣਦੀ ਹੈ, ਅਤੇ ਇਟਸ ਅਮੇਜ਼ਿੰਗ। ਇਹ ਜਿਹੜੀ ਫਿਲਮ ਅਸੀਂ ਸ਼ੂਟਿੰਗ ਕਰ ਰਹੇ ਹਾਂ ਉੜੀਕਾਂ ਤੇਰੀਆਂ, ਇਹਦਾ ਵੀ ਕੋਨਸੈਪਟ ਬ੍ਰਿਲੀਅੰਟ ਹੈ। ਹਿਸਟਰੀ 'ਚ ਪੰਜਾਬੀ ਪਿਕਚਰ, ਮੈਨੂੰ ਲੱਗਦਾ ਹਿੰਦੀ ਪਿਕਚਰ ਵੀ ਨਹੀਂ ਆਈ ਇੱਦਾਂ ਦੀ ਜਿਹੜਾ ਇਹ ਸਟੋਰੀ ਹੈ, ਅਤੇ ਦੇ ਆਰ ਰੀਅਲੀ ਇੰਪਰੂਵਿੰਗ ਐਂਡ ਪੰਜਾਬੀ ਫਿਲਮਸ ਹੈਵ ਰੀਅਲੀ ਟੇਕਨ, ਯਾਨੀ ਬਹੁਤ ਅੱਗੇ ਚੱਲ ਗਈਆਂ। ਆਈ ਥਿੰਕ ਬਹੁਤ ਬ੍ਰਿਲੀਅੰਟ ਬਣ ਰਹੀਆਂ ਨੇ। ਇਹ ਅਰਦਾਸ ਕਰਾਂ, ਉਹ ਜਿਹੜੀ ਫਿਲਮ ਸੀ, ਇੱਦਾਂ ਦੀ ਫਿਲਮਾਂ ਜਦੋਂ ਬਣਦੀਆਂ ਨੇ ਉਹ ਟੱਚ ਕਰਦੀਆਂ ਨੇ ਲੋਕਾਂ ਨੂੰ, ਇਹ ਵੀ ਇੱਦਾਂ ਦੀ ਫਿਲਮ ਹੈ, ਬਹੁਤ ਹੀ ਸੋਹਣੀ, ਅਤੇ ਮੈਨੂੰ ਲੱਗਦਾ ਇਹ ਲੋਕਾਂ ਨੂੰ ਬਹੁਤ ਪਸੰਦ ਆਏਗੀ। ਇੱਕ ਹੋਰ ਫਿਲਮ ਮੈਂ ਕੀਤੀ ਨਿਡਰ, ਉਹ 'ਚ ਬਹੁਤ ਐਕਸ਼ਨ ਹੈ, ਮੁਕੇਸ਼ ਰਿਸ਼ੀ ਜੀ ਦੇ ਬਣਾਈ ਹੈ ਆਪਣੇ ਬੇਟੇ ਨੇ ਜੀ, ਅਤੇ ਆਈ ਥਿੰਕ ਉਹ ਵੀ ਬ੍ਰਿਲੀਅੰਟ ਫਿਲਮ ਹੈ। ਅਤੇ ਇੱਕ ਹੋਰ ਫਿਲਮ ਕੀਤੀ ਨਾਨਕ ਨਾਮ ਜਹਾਜ਼ ਹੈ, ਉਹ ਵੀ ਬਹੁਤ ਵਧੀਆ ਹੈ। ਨਹੀਂ, ਨਾਨਕ ਨਾਮ ਜਹਾਜ਼ ਹੈ, ਇਹ ਨਵੀਂ ਫਿਲਮ ਹੈ ਮਾਨ ਸਿੰਘ ਦੀਪ ਦੀ। ਅੱਛਾ ਜੀ। ਅਤੇ ਬਹੁਤ ਹੀ ਸੋਹਣੀ ਫਿਲਮ ਬਣਾਈ ਉਹਨਾਂ ਨੇ ਵੀ, ਅਤੇ ਯਾਨੀ ਫਿਲਮਾਂ ਜਦੋਂ ਵਧੀਆ ਤਰੀਕੇ ਨਾਲ ਬਣਾਓਗੇ ਤਾਂ ਫਿਰ ਮਜ਼ਾ ਆਉਂਦਾ ਹੈ, ਪਬਲਿਕ ਵੀ ਬੜੀ ਖੁਸ਼ ਹੁੰਦੀ ਹੈ, ਇਹ ਚੱਲ ਰਿਹਾ। ਥੋੜ੍ਹਾ ਜਿਹਾ ਪਿੱਛੇ ਚਲੇ ਜਾਈਏ ਆਪਾਂ, ਤੁਸੀਂ ਬਿਗ ਬੋਸ 3 ਦੇ ਵਿਨਰ ਰਹੇ ਹੋ, ਪੂਨਮ ਢਿੱਲੋਂ ਨੂੰ ਤੁਸੀਂ ਮਾਤ ਦਿੱਤੀ, ਬਹੁਤ ਬੜਾ ਨਾਂ ਹੈ ਪੂਨਮ ਢਿੱਲੋਂ ਫਿਲਮ ਇੰਡਸਟਰੀ ਦੇ ਵਿੱਚ, ਹਾਰਟ ਆਫ ਗੋਲਡਨ ਮੈਨ ਹੈ ਨਾ, ਅਵਾਰਡ ਵੀ ਦਿੱਤਾ ਗਿਆ, ਔਰ ਤੁਸੀਂ ਪਹਿਲੇ ਕੰਟੈਂਟਰ ਸੀ ਜਿਹਨਾਂ ਨੂੰ ਕਾਰ ਵੀ ਦਿੱਤੀ ਔਰ ਪੈਸੇ ਵੀ ਮਿਲੇ ਆ, ਠੀਕ ਹੈ, ਉਹ ਦੌਰ ਬਿਗ ਬੋਸ ਦਾ ਕਿਵੇਂ ਰਿਹਾ ਜੀ? ਦੇਖੋ ਜੀ, ਉਹ ਦੌਰ ਬਿਗ ਬੋਸ ਦਾ ਬਹੁਤ ਸੋਹਣਾ ਸੀਗਾ, ਕਿਉਂਕਿ ਪਬਲਿਕ ਨੂੰ ਪਤਾ ਨਹੀਂ ਸੀ ਜ਼ਿਆਦਾ, ਜਿਹੜੇ ਅੰਦਰ ਜਾ ਰਹੇ ਸੀ ਉਹਨਾਂ ਨੂੰ ਵੀ ਜ਼ਿਆਦਾ ਨਹੀਂ ਪਤਾ ਸੀ, ਅਤੇ ਅਸੀਂ ਰੀਅਲ ਸੀਗੇ, ਜੋ ਵੀ ਅਸੀਂ ਹੈ ਉਹ ਹੈ ਉਹੀ ਕਰ ਰਹੇ ਸੀ। ਪਰ ਹੁਣ ਜਿੱਦਾਂ ਜਿੱਦਾਂ ਬਿਗ ਬੋਸ ਨੂੰ 15 ਸਾਲ ਹੋ ਗਏ ਨੇ, ਲੋਕਾਂ ਨੂੰ ਸਮਝ ਆ ਗਿਆ ਕਿ ਅਸੀਂ ਜਾ ਕੇ ਲੜਾਂਗੇ ਅਤੇ ਬਚ ਜਾਵਾਂਗੇ, ਫਾਲਤੂ 'ਚ ਲੜੀ ਜਾ ਰਹੇ ਆ, ਥੋੜ੍ਹੀ ਐਕਟਿੰਗ ਕਰੀ ਜਾ ਰਹੇ ਆ, ਅਤੇ ਉਹ ਸ਼ੋਅ ਦਾ ਜਿਹੜਾ ਮਜ਼ਾ ਉਸ ਟਾਈਮ 'ਚ ਸੀ ਉਹ ਹੁਣ ਨਹੀਂ ਹੈ। ਅਤੇ ਆਈ ਥਿੰਕ ਕਦੋਂ ਕਦੋਂ ਕੋਈ ਸਪੈਸ਼ਲ ਬੰਦਾ ਆ ਜਾਂਦਾ ਹੈ, ਜਿੱਦਾਂ ਇਹ ਆਇਆ ਸੀ ਸਿਧਾਰਥ, ਅਤੇ ਫਿਰ ਉਹ ਲੋਕਾਂ ਦਾ ਦਿਲ ਜਿੱਤ ਕੇ ਚੱਲ ਜਾਂਦਾ, ਅਤੇ ਇੱਦਾਂ ਵੀ ਹੁੰਦਾ ਬਿਗ ਬੋਸ 'ਚ ਲੋਕਾਂ ਦਾ ਫੇਮ ਜਿਹੜਾ ਹੈ ਉਹ ਬਹੁਤ ਹਾਈ ਜਾਂਦਾ, ਅਤੇ ਬਿਗ ਬੋਸ 'ਚ 1 ਕਰੋੜ ਬੰਦੇ ਲੋਕ ਟਰਾਈ ਕਰਨ ਜਾਂਦੇ ਕਿ ਅਸੀਂ ਬਿਗ ਬੋਸ 'ਚ ਜਾਈਏ,
13 14 चले जाते हैं। तो हूँ मैं लगता कि लास्ट सीजन के बाद बिग बॉस को कुछ चेंजेस लियाने पैने हैं, बिकॉज बहुत ज़्यादा इदा लगन लग पे कि लोग बड़ा तैयार होकर जा रहे हैं बिग बॉस में भी उधर तो भी उत्ते चढ़न की कोशिश कर रहे हैं। आम लोगों की राय होंगी है कि जो बिग बॉस के अंदर जो पार्टीसपेट करते हैं वो जो कंटेंट है वो बाहरों आता सारा इदा है कुछ जी? नहीं जी नहीं, बिल्कुल नहीं। लेकिन ये गल पक्की है कि बिग बॉस से जो कंटेस्टेंट हूँ जा रहे हैं वो बड़ी तैयारी नाल जा रहे हैं, जिदा ही उन्होंने मौका मिले वो चीर फाड़ कर लग पे ने। तो वो लगता यार ये छोटी जी एक अंडे पिछे इन्ना बंदा लड़ नहीं सकता, पर वो चक्कर ये है कि वो जबरदस्ती लड़ रहे हैं ताकि वो बाहर ना चल जाए तो लोगों को दिसे कि भाई लड़ सकता है, तो जब रियल मौका आएगा फिर वो होर लड़ेगा। तो ये चक्कर चल पे है, तो इसलिए वो जो शो की ओरिजिनैलिटी सी वो हूँ बैकसीट थोड़ी जी लैके लोग जबरदस्ती कर लग पे है। रुस्तम हिंद दारा सिंह के परिवार से तुम आने उस पुत्र उन्होंने हो एक बहुत बड़ा नाँ है हिंदुस्तान के लिए वर्ल्ड के उस जिदा पहला मैं कहा कि उस नाँ बरकरार रखने जिम्मेवारियां बढ़ जानी ने। सो कितनी जिम्मेवारी होंगी है कि पिता जी का नाँ जरा बना के चले गए हैं और उन्हें बरकरार रखना कितनी रिस्पोंसिबिलिटी रहती है जी? भाई रिस्पोंसिबिलिटी बहुत वड्डी है, तो नाल एक चीज़ होंगी है कि उन्होंने जो प्यार है वो ओवरफ्लो च सानू मिल रहा है। मैं जिथे भी जाता लोग कहते दारा सिंह जी साढ़े घर आए थे सानू मिले थे इतने साढ़े नाल रोटी खाई सी, वो सारा प्यार जो मैं मिल रहा मैं हूँ चाहता वो साडा प्यार दादा दा मेरा फतेह नूं भी मिले वो भी आ रहा फिल्मां च। तो ये हुंदा है कि भाई डेफिनेटली जिहड़ा पिछली पीढ़ी है उहदा नाँ रोशन करना बहुत हार्ड है, उहनूं डैडी दा नाँ बहुत ज़्यादा है, तो मैं भावें किन्ना भी करा उहनां दा नाँ बस यानी असीं प्रे कर देंगे बरकरार साडे वल्लों रहे, उहनूं चार चंद ही लगन कुछ उहदे उत्ते वटा ना पए कोई ना खराब ना होए, तो बहुत सोच समझ के चलना पैंदा इहदे लई। पर आई थिंक जो पंजाबियां च डैडी लई प्यार है पूरे इंडिया से जो डैडी लई प्यार है वो सानू विरासत च मिलिया। नहीं वैसे अज तक तुसीं उहनां दे नां नूं चार चंद ही लगाए ने, जिन्ना भी तुसीं हिंदी इंडस्ट्री च कम कीता है बॉलीवुड च कम कीता है जां पंजाबी फिल्मां च तुसीं कम करदे हो बहुत अच्छा कम कीता, प्रेरणा स्रोत हो तुसीं कई लोकां दे। बिंदू जी एक है भाई तुसीं फतेह की गल कीती, बिल्कुल फतेह नूं तुसीं आप लॉन्च कर रहे हो? नहीं फतेह हुण इस साल स्टार्ट होएगा, उन्हें अपने आप मेहनत की है 7-8 साल हो गए उन्होंने, असी 6-7 महीनों से रेडी हो जाते मैं याद है जी, एक साल ज़्यादा से ज़्यादा इनू 7-8 साल हो गए समझ नहीं आ रहा सिखा की रहे ने, तब्बू फारा सारे के सारे लगे ने, तो उन्होंने कुछ इदा तैयार करके लैके आ रहे हैं कि लोग भी कहेंगे ये की आया। तो इन्ना हार्ड हो गया फिल्म इंडस्ट्री हूँ ब्रेक तो स्टार बनना, तो वह कहता कि मैं चाहना मैं सब कुछ अपने आप करा अपने पैरों से आप खड़ा हुआ अपने आप सब करा, तो सानू दसदा भी नहीं कि वह की कर रहा। पर हूँ मैं फीलिंग आई है मैं समझ आ गया कि इस साल उसकी पहली पिक्चर लॉन्च होने वाली है, तो वह भी बहुत वड्डी पिक्चर लॉन्च होने वाली है, इन्ना हूँ सानू पता चल गया हूँ तुहानू सारयां नूं वह दसेगा, बिकॉज वो उन्हें अपने बलबूते से अपनी मेहनत नाल कीता जो भी किया। सो शुभकामनावां साडे वल्लों फतेह नूं, क्योंकि अदाकारी तुसीं गल कीती है अदाकारी उहदे खून च है, क्योंकि उहदे दादा जी अदाकार बहुत वड्डे अदाकार सी फरा, ते उहदे खून च अदाकारी, इस लई साडी शुभकामनावां ने उहदी फिल्म वास्ते। बिंदू जी रुस्तम हिंद दी गल चल रही है, तुहाडे फादर साहब ने रैसलर ने पहलवान सी, तुहाडा रुझान नहीं बणिया उधर जाण दा जी? बड़ा कोशिश की बहुत लोगों ने, चंदगी राम जी ने कोशिश की, बहुत पहलवान ने कोशिश की मैनू ले जान, लेकिन साढ़े फादर साहब अलग से उन्होंने हमेशा बच्चों कहा देखो तुम जिन्होंने तुम प्यार कर दह करो सोचना नहीं कुछ भी, जो काम तुम करना चाहते हो वह करो, असी रोकेंगे नहीं असी फोर्स नहीं करा, तो अलग टाइप की उन्होंने थिंकिंग सी। तो जो कोई आता से मैं लैके जाने लिए पहलवानी लिए लंबा तगड़ा है तारा छोरा बन्ने दे दे मैं बड़ा पहलवान बनाऊंगा, तो डैडी कहते लैके लैके जा सकते ले जाओ, तो मैनू मेरे को आते थे भाई तू मेरे नाल चल बिंदू मैं तेनों वड्डा पहलवान बनावगा, मैं क्या भाजी माफ़ कर दो असी देख लिया डैडी नूं, क्योंकि डैडी ने सानू एक होर भी चीज़ दसी सी कि जिहड़ा बंदा पहलवानी करता है उहदे कोल एक मिनट नहीं हुंदा जिंदगी च लेकिन कोई भी वड्डा पहलवान उन्ना नहीं बन पाया, बिकॉज वो पिक्चर भी देखने चल जाते, डैडी होना ने कदों लाइफ से एक सैकेंड नहीं कढ़िया फ्रॉम हिज रेसलिंग करियर, जब तक टॉप से फिर पिक्चर जो काम करने लग पे तद भी लोगों ने डैडी को फोन किया
कि दारा सिंह तू तो हमारा भीम है, क्यों बजाता बीन है। डैडी ने कहा भाई मैं कुश्ती नहीं छड़ांगा, पिक्चरां च भी कहिंदे सी जदों मेरी वड्डी कोई कुश्ती होएगी तो फिर मैं छुट्टी लवांगा। इदां उन्होंने अपना करियर चलाया। ਜਦੋਂ ਬਚਪਨ 'ਚ ਸੀਗੇ ਛੋਟੇ ਸੀਗੇ ਤੁਸੀਂ, ਇੱਕ ਕਿੱਡਾ ਬੜਾ ਨਾਂ ਨਾਲ ਕੈਰੀ ਹੁੰਦਾ ਸੀ ਦਾਰਾ ਸਿੰਘ, ਗੁਸਤ ਮਿਹਨ ਦਾਰਾ ਸਿੰਘ। ਸਕੂਲ 'ਚ ਕਦੇ ਕਦੇ ਕਹਿੰਦੇ ਸੀ ਕਿ ਬਈ ਨਹੀਂ ਮੈਂ ਉਹਦਾ ਦਾਰਾ ਸਿੰਘ ਦਾ ਮੁੰਡਾ, ਮੈਂ ਕੁੱਟਾਂਗਾ ਫੜ ਕੇ। ਨਹੀਂ ਤੁਸੀਂ ਨਹੀਂ ਮੰਨੋਗੇ, ਮੈਂ ਮੇਰਾ ਭਰਾ ਤਾਂ ਤਗੜਾ ਸੀਗਾ ਅਮਰੀਕ ਜੀ, ਪਰ ਮੈਂ ਬਹੁਤ ਲਿੱਸਾ ਮਾੜਾ ਪਤਲਾ ਜਿਹਾ ਹੁੰਦਾ ਸੀ, ਅਤੇ ਜਦੋਂ ਵੀ ਮੈਂ ਕਿਸੇ ਨੂੰ ਕਹਾਂ ਕਿਹਨੂੰ ਕਿ ਮੈਂ ਦਾਰਾ ਸਿੰਘ ਦਾ ਮੁੰਡਾ, ਉਹ ਹੱਸਦੇ ਸੀ, ਝੂਠ ਕਹਿੰਦਾ। ਹਾਂ, ਅਤੇ ਥੀਏਟਰ 'ਚ ਨਾ ਜਦੋਂ ਜਾਂਦੇ ਸੀ ਜਿਹੜੇ ਵੀ ਫਿਲਮ ਇੰਡਸਟਰੀ ਦੇ ਲੋਕ ਸੀ ਉਹਨਾਂ ਨੂੰ ਟਿਕਟ ਮਿਲ ਜਾਂਦੀ ਸੀ। ਮੈਂ ਥੀਏਟਰ ਜਾ ਕੇ ਨਾ ਮੈਂ ਦਾਰਾ ਸਿੰਘ ਦਾ ਮੁੰਡਾ, ਉਹ ਕਹਿੰਦਾ ਝੂਠ ਕਹਿੰਦਾ ਯਾਰ, ਭੱਗ ਜਾ ਦੱਸੇ। ਅਤੇ ਇੱਕ ਦਿਨ ਮੈਂ ਡੈਡੀ ਨੂੰ ਆ ਕੇ ਅਪਸੈਟ ਹੋ ਗਿਆ, ਮੈਂ ਦਾਰੀ ਬਹੁਤ ਰੋਂਗ ਹੈ, ਤੁਹਾਡਾ ਬੱਚਾ ਪੈਦਾ ਹੋਇਆ ਕੋਈ ਮੰਨਦਾ ਹੀ ਨਹੀਂ, ਤੁਸੀਂ ਚੱਲੋ ਅਤੇ ਥੀਏਟਰ 'ਚ ਜਾ ਕੇ ਦੱਸੋ ਕਿ ਮੈਂ ਤੁਹਾਡਾ ਮੁੰਡਾ ਹੈ, ਤਾਂ ਜਦੋਂ ਵੀ ਅਸੀਂ ਜਾਵਾਂਗੇ ਟਿਕਟ ਮਿਲਣੀ ਚਾਹੀਦੀ। ਅਤੇ ਇੱਕ ਵਾਰ ਡੈਡੀ ਨੂੰ ਲੈ ਕੇ ਗਏ, ਉਹਨਾਂ ਕਿਹਾ ਵੀ ਇਹ ਮੇਰਾ ਮੁੰਡਾ, ਕਹਿੰਦਾ ਜੀ ਇਹ ਤਾਂ ਲੱਗਦਾ ਤੁਹਾਡਾ ਮੁੰਡਾ, ਇਹ ਨਹੀਂ ਲੱਗਦਾ। ਫਿਰ ਮੈਂ ਡੈਡੀ ਨੂੰ ਕਿਹਾ ਬਈ ਬਹੁਤ ਰੋਂਗ ਹੈ, ਉਹਨਾਂ ਕਿਹਾ ਡੋਂਟ ਵਰੀ, 8th ਸਟੈਂਡਰਡ ਦੇ ਬਾਅਦ ਤੂੰ ਮੇਰੇ ਕੋਲ ਆਈ, ਮੈਂ ਤੈਨੂੰ ਵਰਜਿਸ਼ ਕਰਾ ਕੇ ਤੈਨੂੰ ਫਿੱਟ ਕਰਾਂਗਾ। ਅਤੇ ਉਹ ਦਿਨ ਤੋਂ ਅੱਜ ਤੱਕ ਯਾਨੀ 50 ਸਾਲ 45 years ਜੀ ਆਈ ਬੀਨ ਐਕਸਰਸਾਈਜ਼ਿੰਗ। ਵਾਹ, ਇਹ ਆਦਤ ਪੈ ਜਾਂਦੀ ਹੈ, ਇਹ ਫਿਰ ਛੁੱਟਦੀ ਨਹੀਂ। ਵੈਰੀ ਗੁੱਡ। ਅਤੇ ਚੱਲ ਰੈਡੀ ਬਿੰਦੂ ਜੀ, ਦਾਰਾ ਸਿੰਘ ਨੇ ਬਹੁਤ ਸਾਰੀਆਂ ਫਿਲਮਾਂ ਕੀਤੀਆਂ, ਮੇਰੇ ਖਿਆਲ 200 ਤੋਂ ਨੇੜੇ ਫਿਲਮਾਂ ਕੀਤੀਆਂ ਉਹਨਾਂ ਨੇ, 200 ਤੋਂ ਉੱਤੋਂ 200 ਤੋਂ ਉੱਤੇ ਹੋਣਗੀਆਂ। ਪ੍ਰੋਡਕਸ਼ਨ ਵੀ ਕੀਤੀ, ਡਾਇਰੈਕਸ਼ਨ ਵੀ ਉਹਨਾਂ ਨੇ ਕੀਤਾ, ਬਿਲਕੁਲ ਹੈ ਨਾ। ਐਜ਼ ਏ ਫਾਦਰ ਮਤਲਬ ਕੀ ਰੋਲ ਰਿਹਾ ਤੁਹਾਡੀ ਉਹਨਾਂ ਦਾ ਤੁਹਾਡੀ ਲਾਈਫ 'ਚ? ਬਈ ਐਜ਼ ਏ ਫਾਦਰ ਜਦੋਂ ਅਸੀਂ ਛੋਟੇ ਸੀਗੇ ਅਸੀਂ ਉਹਨਾਂ ਨੂੰ ਦੇਖਦੇ ਨਹੀਂ ਸੀ, ਅਸੀਂ ਜਦੋਂ ਤੱਕ ਉੱਠਦੇ ਸੀ ਉਹ ਕੰਮ 'ਤੇ ਚਲ ਗਏ ਹੁੰਦੇ ਸੀ, ਜਦੋਂ ਅਸੀਂ ਸੌਂ ਜਾਂਦੇ ਸੀ ਉਹ ਕੰਮ ਤੋਂ ਆਉਂਦੇ ਸੀ। ਅਤੇ ਮੇਰੀ ਮੰਮੀ ਨੇ ਸਾਨੂੰ ਪਾਲਿਆ ਪੋਸਿਆ ਵੱਡਾ ਕੀਤਾ, ਪਰ ਜਦੋਂ ਅਸੀਂ ਥੋੜ੍ਹੇ ਏਜ ਦੇ ਹੋ ਗਏ ਅਤੇ ਡੈਡੀ ਦਾ ਕੰਮ ਥੋੜ੍ਹਾ ਜਿਹਾ ਘੱਟ ਹੋਣ ਲੱਗ ਪਿਆ, ਫਿਰ ਉਹਨਾਂ ਨੇ ਬਹੁਤ ਟਾਈਮ ਸਾਡੇ ਨਾਲ ਸਪੈਂਡ ਕੀਤਾ। ਅਤੇ ਆਈ ਥਿੰਕ ਆਈ ਐਮ ਦਾ ਲੱਕੀਐਸਟ ਬਿਕੋਜ਼ ਮੈਂ ਉਹਨਾਂ ਨਾਲ ਰਿਹਾ ਅਤੇ ਮੈਂ ਬਹੁਤ ਟਾਈਮ ਸਪੈਂਡ ਕੀਤਾ, ਅਤੇ ਐਂਡ 'ਚ ਤਾਂ ਮੈਂ ਬਹੁਤ ਜ਼ਿਆਦਾ ਟਾਈਮ ਸਪੈਂਡ ਕੀਤਾ। ਮੇਰਾ ਭਰਾ ਇੱਥੇ ਰਹਿੰਦਾ, ਉਹ 3-4 ਮਹੀਨੇ ਸਾਲ 'ਚ ਇੱਥੇ ਰਹਿੰਦੇ ਸੀ ਚੰਡੀਗੜ੍ਹ, ਅਤੇ ਇਹਨੇ ਵੀ ਬਹੁਤ ਟਾਈਮ ਸਪੈਂਡ ਕੀਤਾ। ਸਿਸਟਰਸ ਬਾਹਰ ਚਲੇ ਗਏ ਨੇ, ਇੱਕ ਕੈਨੇਡਾ ਹੈ, ਇੱਕ ਅਮੈਰੀਕਾ ਹੈ ਅਤੇ ਇੱਕ ਬੰਬੇ ਹੈ, ਅਤੇ ਇਹ ਸਾਰਿਆਂ ਨੇ ਸਪੈਂਡ ਕੀਤਾ। ਪਰ ਆ ਮੈਮਰੀਜ਼ ਵਿਦ ਹਿਮ ਆ ਵੰਡਰਫੁਲ, ਵਿਦ ਅ ਵੈਰੀ ਵੈਰੀ ਲਵਿੰਗ ਫਾਦਰ, ਵੈਰੀ ਕੇਅਰਿੰਗ ਫਾਦਰ, ਅਤੇ ਇੱਕ ਇੱਦਾਂ ਦਾ ਫਾਦਰ ਜਿਹਦਾ ਲਾਈਫ 'ਚ ਉਹਨੇ ਬੱਚਿਆਂ ਨੂੰ ਇਹ ਨਹੀਂ ਕਿਹਾ। ਉਹ ਤਾਂ ਇੱਦਾਂ ਕਹਿੰਦੇ ਸੀ ਜੇ ਫੇਲ ਵੀ ਹੋਵੇ ਤਾਂ ਡਰਨਾ ਨਹੀਂ, ਜ਼ਿੰਦਗੀ 'ਚ ਬੰਦਾ ਫੇਲ ਹੋਣਾ ਅਲਾਊਡ ਹੈ, ਇੱਕ ਵਾਰੀ, ਦੂਜੀ ਵਾਰੀ ਫੇਲ ਹੋਏ ਤਾਂ ਸਕੂਲ ਛੱਡ ਦਿਉ। ਰਾਈਟ, ਅਤੇ ਕੋਈ ਵੀ ਬੱਚਾ ਫੇਲ ਨਹੀਂ ਹੋਇਆ। ਅਤੇ ਇੱਕ ਹੋਰ ਉਹਨਾਂ ਦੀ ਰਿਕੁਐਸਟ ਸੀ ਕਿ ਸਾਰੇ ਦੇ ਸਾਰੇ ਮੇਰੇ ਬੱਚੇ ਡਿਗਰੀ ਲੈਣ, ਅਤੇ ਅਸੀਂ ਸਾਰਿਆਂ ਨੇ ਡਿਗਰੀ ਯਾਨੀ 15 ਈਅਰਸ ਆਫ ਕਾਲਜ, ਸਕੂਲ ਐਂਡ ਕਾਲਜ ਖਤਮ ਕੀਤਾ ਹੈ। ਬਿੰਦੂ ਜੀ, ਤੁਸੀਂ ਪੰਜਾਬੀ ਫਿਲਮਾਂ 'ਚ ਤਾਂ ਕੰਮ ਕਰ ਹੀ ਰਹੇ ਹੋ, ਹਿੰਦੀ ਦੇ ਜਿਹੜੇ ਦਿੱਗਜ ਕਲਾਕਾਰ ਨੇ ਸ਼ਾਹਰੁਖ ਖਾਨ, ਅਕਸ਼ੈ ਕੁਮਾਰ, ਉਹਨਾਂ ਨਾਲ ਵੀ ਤੁਸੀਂ ਫਿਲਮਾਂ 'ਚ ਕੰਮ ਕੀਤਾ, ਕੀ ਐਕਸਪੀਰੀਅੰਸ ਰਿਹਾ ਤੁਹਾਡਾ ਉਹਨਾਂ ਦਾ? ਮੈਂ ਸਭ ਤੋਂ ਜ਼ਿਆਦਾ ਕੰਮ ਅਕਸ਼ੈ ਕੁਮਾਰ ਅਤੇ ਸਲਮਾਨ ਖਾਨ ਨਾਲ ਕੀਤਾ, 4-4, 5-5 ਫਿਲਮਾਂ, ਅਤੇ ਬਹੁਤ ਵਧੀਆ ਲੋਕ ਨੇ। ਮੈਂ ਉਹਨਾਂ ਨੂੰ ਐਕਟਰ ਜਦੋਂ ਨਹੀਂ ਸੀਗੇ ਤਦ ਤੋਂ ਜਾਣਦਾ, ਅਤੇ ਉਹ ਉੱਦਾਂ ਦੇ ਹੀ ਬੰਦੇ ਨੇ ਜਿੱਦਾਂ ਦੇ ਸੀਗੇ। ਅਕਸ਼ੈ ਕੁਮਾਰ ਦਾ ਤਾਂ ਡੈਡੀ ਵਰਗਾ ਹੀ ਡਾਇਲੋਗ ਹੈ, ਡੈਡੀ ਦੇ ਇੱਦਾਂ ਨਹੀਂ ਕਹਿੰਦੇ, ਉਹ ਤਾਂ ਡਾਇਰੈਕਟ ਕਹੇਗਾ ਸੁਣੀ ਜ਼ਮੀਨ 'ਤੇ ਰਹੀ ਜ਼ਮੀਨ 'ਤੇ, ਇਹ ਉਹਦਾ ਸੀਕਰਟ ਹੈ ਕਿ ਜ਼ਮੀਨ 'ਤੇ ਰਹਿ ਕੇ ਹੀ ਉਹ ਆਸਮਾਨ ਛੂ ਗਿਆ। ਅਤੇ ਸਾਰੇ ਦੋਸਤ ਨੇ ਜਿੰਨੇ ਵੀ ਐਕਟਰ ਨੇ ਵੱਡੇ ਵੱਡੇ, ਮੈਂ ਉਹਨਾਂ ਨੂੰ ਜਾਣਦਾ ਬਿਫੋਰ ਐਕਟਿੰਗ, ਰਿਤਿਕ ਰੋਸ਼ਨ ਹੋਣ ਦੋ, ਸਨੀ ਦਿਓਲ, ਬੌਬੀ ਦਿਓਲ, ਜਿੰਨੇ ਵੀ ਅਜੇ ਦੇਵਗਨ, ਸੰਜੂ, ਇਹ ਸਾਰਿਆਂ ਨੂੰ ਅਸੀਂ ਜਾਣਦੇ ਹਾਂ ਬਿਫੋਰ ਸਾਰਿਆਂ ਦੇ ਐਕਟਿੰਗ ਕਰੀਅਰ ਸ਼ੁਰੂ ਹੋਏ, ਅਤੇ ਉਸ ਲਈ ਸਾਡਾ ਰਿਲੇਸ਼ਨ ਇਕੁਏਸ਼ਨ ਅਲੱਗ ਹੈ, ਅਤੇ ਇੱਦਾਂ ਹੀ ਰਹੇਗਾ। ਆਉਣ ਵਾਲੇ ਕਿਹੜੇ ਪ੍ਰੋਜੈਕਟ ਨੇ ਤੁਹਾਡੇ, ਹਿੰਦੀ ਦੇ ਜਾਂ ਪੰਜਾਬੀ ਦੇ ਜੀ? ਆਉਣ ਵਾਲੇ ਹੁਣ ਮੇਰੀ ਫਿਲਮ ਜਿਹੜੀ ਨੈਕਸਟ ਮੇਰੇ ਹਿਸਾਬ ਨਾਲ ਲੱਗੇਗੀ ਸਭ ਤੋਂ ਪਹਿਲੇ ਉਹ ਹੈ ਫੋਰੈਂਸਿਕ। ਫੋਰੈਂਸਿਕ, ਹਾਂ, ਇੱਕ ਬਹੁਤ ਹੀ ਸੋਹਣੀ ਫਿਲਮ ਬਣੀ ਹੈ, ਵਿਕਰਾਂਤ ਮੈਸੀ ਹੈ, ਰਾਧਿਕਾ ਆਪੇ ਹੈ, ਅਤੇ ਮੈਂ ਹਾਂ। ਅਤੇ ਇਹ ਫੋਰੈਂਸਿਕ ਸਾਇੰਸ ਦੇ ਉੱਤੇ ਹੈ ਕਿ ਬਈ ਕਿੰਨੀ ਇੰਪੋਰਟੈਂਸ ਹੈ ਇਹਦੀ, ਅਤੇ ਹਰ ਪੁਲਿਸ ਸਟੇਸ਼ਨ ਹਰ ਜਗ੍ਹਾ 'ਤੇ ਇਹ ਹੋਣੀ ਚਾਹੀਦੀ ਹੈ, ਬਿਕੋਜ਼ ਫਿਰ ਪੁਲਿਸ ਵਾਲੇ ਜਿਹੜੇ ਆ ਉਹਦੇ ਉੱਤੇ ਰਿਲਾਈ ਕਰ ਸਕਦੇ ਆ, ਅਤੇ ਐਵੀਡੈਂਸ ਦੇ ਨਾਲ ਇੱਥੇ ਉੱਥੇ ਕੁਛ ਨਹੀਂ ਹੋ ਸਕਦਾ। ਅਕਸਰ ਲੋਕ ਇਹ ਕਹਿੰਦੇ ਨੇ ਕਿਹੜਾ ਪਰਿਵਾਰਵਾਦ ਹੈ, ਉਹਨਾਂ ਦੇ ਬੱਚੇ ਹੀ ਐਕਟਰ ਕਿਉਂ ਬਣਦੇ ਨੇ, ਹੀਰੋ ਕਿਉਂ ਬਣਦੇ ਨੇ, ਕਿਉਂਕਿ ਪਿੱਛੇ ਜਿਹੜੀ ਉਹ ਆਪਣਾ ਸੁਸ਼ਾਂਤ ਦੀ ਡੈਥ ਹੋਈ ਹੈ, ਉਸ ਤੋਂ ਬਾਅਦ ਇਹ ਲੋਕਾਂ ਨੇ ਕਾਫੀ ਸਵਾਲ ਚੁੱਕੇ ਨੇ, ਬਿਲਕੁਲ, ਹੈ ਨਾ, ਵੀ ਨਵੇਂ ਟੈਲੈਂਟ ਨੂੰ ਇਹ ਐਕਸੈਪਟ ਨਹੀਂ ਕਰ ਰਹੇ, ਆਪਣੇ ਬੱਚੇ ਨੂੰ ਜ਼ਿਆਦਾ ਪ੍ਰਮੋਟ ਕਰ ਰਹੇ, ਜੇ ਕੋਈ ਟੈਲੈਂਟ ਆ ਗਿਆ ਉਹਦੀ ਡੈਥ ਹੋ ਜਾਂਦੀ ਹੈ, ਜਾਂ ਇਹ 'ਚ ਕਿੰਨੀ ਸੱਚਾਈ ਹੈ ਜੀ? ਦੇਖੋ, ਤੁਹਾਨੂੰ ਸਮਝਣਾ ਪੈਣਾ ਕਿ ਇੱਕ ਡਾਕਟਰ ਦਾ ਪ੍ਰੇ ਕਰਦਾ ਕਿ ਮੇਰਾ ਬੱਚਾ ਡਾਕਟਰ ਬਣੇ, ਇੱਕ ਲੋਇਰ ਪ੍ਰੇ ਕਰਦਾ ਮੇਰਾ ਬੱਚਾ ਲੋਇਰ ਬਣੇ, ਅਤੇ ਇੱਕ ਐਕਟਰ ਵੀ ਪ੍ਰੇ ਕਰਦਾ ਮੇਰਾ ਬੱਚਾ ਬਹੁਤ ਵਧੀਆ ਐਕਟਰ ਬਣੇ, ਅਤੇ ਉਸ ਲਈ ਐਕਟਰ ਬਣਨ ਦਾ ਚਾਂਸ ਐਕਟਰ ਦੇ ਬੱਚਿਆਂ ਨੂੰ ਜ਼ਿਆਦਾ ਹੁੰਦਾ ਹੈ। ਲੇਕਿਨ ਜੇ ਤੁਹਾਡੇ ਕੋਲ ਟੈਲੈਂਟ ਨਹੀਂ ਹੈ ਤਾਂ ਤੁਸੀਂ ਨਹੀਂ ਚੱਲ ਸਕਦੇ, ਭਾਵੇਂ ਕਿਹੜੇ ਵੀ ਵੱਡੇ ਤੋਂ ਵੱਡੇ ਸੁਪਰ ਸਟਾਰ ਦੇ ਬੱਚੇ ਕਿਉਂ ਨਾ ਹੋ, ਅਤੇ ਦਿਸ ਇਜ਼ ਹਾਊ ਇਟ ਇਜ਼। ਜਿੰਨਾ ਤੁਸੀਂ ਵਰਕ ਕਰੋਗੇ, ਜਿੰਨਾ ਹਾਰਡ ਐਫਰਟ ਕਰੋਗੇ, ਓਨਾ ਹੀ ਤੁਸੀਂ ਪਹੁੰਚੋਗੇ। ਸੁਸ਼ਾਂਤ ਸਿੰਘ ਰਾਜਪੂਤ ਦਾ ਜਿਹੜਾ ਕੇਸ ਹੋਇਆ ਇਟ ਵਾਜ਼ ਵੈਰੀ ਸੈਡ, ਬਟ ਇਟਸ ਅ ਵੈਰੀ ਕੰਪਲੀਕੇਟਿਡ ਕੇਸ,
उस सानू जो लगता है किसी होर कुछ लगता है बहुत कन्फ्यूजन है वह केस से तो लोगों ने सोचा कि बस भाई मर्डर होया पर इदा नहीं है यानी कोई भी दस नहीं सकता एग्जैक्टली की होया कि नहीं होया एंड यानी वी फील वेरी सैड बिकॉज जिहड़ा बंदे ने छिछोरे वर्गी फिल्म की जिहड़े बंदे ने इन्नी सुपर हिट काई पोचे की इदा की फिल्म की है तो ही इज़ अ सुपर स्टार ही इज़ नॉट गोइंग एनीवेयर जी ही वुड हैव हैड अ ह्यूज एंड मैग्निफिसेंट कैरियर बट उन्हों अपने दिमाग च फीलिंग आने लग पी कि भाई मेरी ये लास्ट फिल्म OTT लग गई बड़ा अपसैट बड़ा डिप्रेस टाइप होने लग पे दिस इज रॉन्ग यू हैव टू फाइट इट नो मैटर वॉट हैपन्स लाइफ इज अप एंड डाउन जस्ट फाइट इट एंड फिल्म इंडस्ट्री से कुछ नहीं होंगे साउथ इंडिया के सारे हीरो जिन्हें भी है वो सारे फिल्म इंडस्ट्री की फैमिली चो है कोई भी बाहरों नहीं आता लेकिन कोई कुछ नहीं कहता बिकॉज दे आर टैलेंटेड इफ यू आर टैलेंटेड यू गोइंग टू मेक इट इफ यू आर नॉट टैलेंटेड नो मैटर हू सन who's what you are you'll not make it liability mildi nahi ji ha liability mildi hai nahi tanu ek do chance extra mil sakde hai okay because you are a film industry da bachcha you might get one extra chance two but that's it after that you can go and sit at home so this is life you yani eh sab bakwas hai ke nepotism ye wo it's all nonsense people just sitting on twitter and writing some shit doesn't make any difference this is how it is this is how it'll stay if you have talent you'll make it if you don't have talent you can't make it no matter whose son you are सुखविंदर दारा सिंह जी भारतीय जनता पार्टी के राज्यसभा के मैंबर रहे धर्मेंद्र भाई के बेटे भी गुरदासपुर जिते ने आप भी वो MP रहे ने उन्होंने वाइफ हेमवालिनी जी भी वाइ MP रहे ने मथुरा तो थोड़ा कोई सियासत जाने का विचार है कि नहीं मैं बहुत बार सोचा कि भाई बहुत जरूरी है कि चंगे बंदे सियासत जान पर मेरे वर्गा बंदा अगर चल गया सियासत मैं तो 24 घंटे लोगों को हेल्प करते करते पागल हो जाऊंगा मैं समझ आ गई गल मैं इदा का बंदा नहीं है कि जो मैं अमृतसरों जितया तो मैं अमृतसर छड़ के कितने होर बैठा मेरे च वो खून च है नहीं है काम इसलिए मैं आंदा नहीं एक दो वारी सोचा एक दो वारी ऑफर आए कि भाई तुम इतों खड़ा होना है लेकिन फिर मैं पता नहीं मैं सोचा यार ये मैं जस्टिस नहीं कर सकता इसलिए मैं आंदा नहीं लेकिन मैं प्रे करदा कि ये देश अगे बढ़ता जाए जिहड़े सियासतदान ने जिहड़े जिद्दे ने उन्हां दी रिस्पोंसिबिलिटी है कि सारी कंट्री नूं अगे लैके जाण बहुत ब्यूटीफुली लैके जाण ते आई कैन नॉट अंडरसटैंड जदों एक पार्टी जित गई है नैक्सट डे तो उन्होंने अपनी सीटा बचा के कुर्सी बचा के बस 5 साल क्ढने इट इज़ रोंग दे हैव टू चेंज द लॉ दे हैव टू चेंज द रूल जोड़ा जित गया सारे उन्होंने सपोर्ट करन उस स्टेट को सपोर्ट करन साड़ी कंट्री तो है डिवाइडेड जी होती जा रही है इंडिया इज़ वन कंट्री बट एवरी स्टेट इज़ नाउ एज इफ देर देर ओन कंट्री वी नीड टू चेंज ऑल दैट बट एक बंदा कुछ नहीं कर सकता बहुत अच्छी सोचते हैं सारे कहते भाई कोई तो स्टार्ट करेगा भविष्य कोई है मैं तो दसा कि मैंने तो नेल ही खड़ा करता सी लेकिन फिर मैं नहीं होया क्योंकि फार्मर का गड़बड़ हुई मैं क्या यार फार्मर्स की स्ट्राइक के बाद मैंने नहीं कुछ पॉलिटिक्स आना तो फार्मर की हुण स्ट्राइक खत्म हो गई है सब कुछ वधिया हो गया लेट्स सी व्हाट द फ्यूचर होल्ड्स पर जे इन गारंटी है कि अगर मैं कितों खड़ा होया तो वो जगह का सिर्फ प्रोग्रेस होएगा तो वो जगह का सिर्फ वधिया काम होएगा इदा नहीं हो सकता कि मैं खड़ा होकर जित के मैं बॉम्बे बैठा ये नहीं चल सकता ये बॉम्बे तो खड़ा होगा जो वरना होर कित नहीं बट आई एम अ पीपल्स परसन द पब्लिक लव्स मी बिकॉज आई एम वॉट आई एम तो उन्होंने पता है जे इनू वोट दिता तो इन्हें काम भी करना है तो एवरीबडी विंस इज देयर रिस्पोंसिबिलिटी टू लुक आफ्टर इंटायर प्लेस विच हैज़ नॉमिनेटेड दैम वेयर दे वन फ्रॉम तारा सिंह बिंदु तारा सिंह जी तुसी खुल के गल्लां कीतियां R19 न्यूज़ दे नाल बिल्कुल बहुत बहुत शुक्रिया थोड़ा बहुत बहुत धन्यवाद वेलकम भाजी ऑलवेज वेलकम तुसी साडी जान हो हैंडसम साडे बैंस साहब इज लुकिंग ऑसम इन दिस ब्लू ड्रेस ब्लू सूट बहुत बहुत धन्यवाद जी बहुत बहुत धन्यवाद जी थैंक यू